ਕੁੜੀ ਵਾਲੇ ਦਾ ਪੁੱਤ ਵੀ ਦੂਰ ਜਾ ਸਕਦਾ ਹੈ, ਵਿਦੇਸ਼ਾਂ ਦੇ ਵਿੱਚ ਜਾ ਕੇ ਧੱਕ ਪਾ ਸਕਦਾ ਹੈ, ਧੂਮਾ ਪਾ ਸਕਦਾ ਹੈ ਤੇ ਆਪਣੀ ਮਿਹਨਤ ਸਦਕਾ ਰੰਗ ਲਿਆ ਸਕਦਾ ਹੈ। ਲੋਕਾਂ ਨੂੰ ਕਹਿੰਦੇ ਬਾਈ ਨਹੀਂ ਹੋਏਗਾ ਜੀ, ਇਹ ਸਬਜ਼ੀ ਵਾਲੇ ਤੇ ਕੀ ਹੋਏਗਾ, ਕੁਛ ਨਹੀਂ ਹੁੰਦਾ, ਨਾ ਬੱਚੇ ਕਰ ਪਾਏਂਗੇ ਨਾ ਖੁਦ ਕਰ ਪਾਓਗੇ, ਇੰਨਾ ਪੈਸਾ ਕਹਾਂ ਸੇ ਲਿਆਓਗੇ। बच्चा बेटा है मेरा, मेरा हेल्प करता है साथ में, वो भी करता है और अपना पढ़ाई भी रखी है अपना जारी, वाली भी काम भी करता है अपना। मैं बिस्मन जी से अपने मेरे पिता पापा के दोस्त हैं निको जी, उनके थ्रू मिला था और मैं आई फाउंड माई सेल्फ वेरी लकी दैट आई फाउंड हिम। उन्होंने मेरी बहुत हेल्प की, उन्होंने मुझे स्कॉलरशिप लगा के दी, उन्होंने हर स्टेप पर मुझे गाइड किया, तो मैं बहुत खुश हूँ और मैं उनका दिल से तहे दिल से शुक्रिया अदा भी करता हूँ। मेरे को ज़्यादा पैसे लगे नहीं, सरदार जी हमारे बड़े हेल्प करे हमारे को, उन्होंने सही रास्ता दिखाया हमारे को, उन्होंने बताया भी ऐसे करना जैसे करना, उन्होंने सब कुछ करे, आज उन्होंने खुद भी जब उन्होंने देना आए ने। अज इत्थे आने का मकसद यह है कि लोगों को पता लगे कि साढ़े च भी इमोशन है, असं काम करते हैं वीजे लवाने, एक एक इमीग्रेशन कंपनी के भी इमोशनस ने। इन्ने सालों तो मेहनत कर रहा है, जिन्हें सोचा कि मैं अपने मुंडे को बाहर भेज सकता, तो जे मैं लगता कि साड़ी खुशकिस्मत यह है कि बाबा जी की मेहर है कि सानू इन्होंने मौका दिता है, तो असी इन्हों की हेल्प करके इन्हों का वीज़ा लवाया। एक बंदा जिहड़ा सब्जी वेचता है ते ओ बंदा जिहड़ा सब्जी वेच के आपदे मुंडे नूं जे बाहर भेज सकदा है, ते मैनूं लगदा है कि हिंदुस्तान विच जिहड़ा बंदा मेहनत करदा वो आपदी फैमिली नूं आपदे बच्चे नूं बाहर पढ़न लई भेज सकदा है, वो आपदे सपनियां नूं पूरा भी कर सकदा है। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਸਕਾਈ ਨਿਊਜ਼ ਪੰਜਾਬ, ਅਤੇ ਅੱਜ ਅਸੀਂ ਵੇਖਦੇ ਹਾਂ ਕਿ ਲਗਾਤਾਰ ਜਿਹੜੇ ਲੋਕ ਬਾਹਰ ਜਾਣ ਦੇ ਇੱਛੁੱਕ ਨੇ, ਲਗਾਤਾਰ ਲੋਕ ਮਿਹਨਤ ਵੀ ਕਰਦੇ ਨੇ, ਕਈਆਂ ਦੀ ਮਿਹਨਤ ਰੰਗ ਲੈ ਕੇ ਆਉਂਦੀ ਹੈ ਅਤੇ ਕਈ ਵਿਚਾਰੇ ਅੱਧ ਬਚੱਦੇ ਜੇ ਰਹਿ ਜਾਂਦੇ ਨੇ, ਏਜੰਟਾਂ ਦੇ ਚੱਕਰਾਂ 'ਚ ਪੈ ਜਾਂਦੇ ਨੇ, ਗਲਤ ਫਸ ਜਾਂਦੇ ਨੇ, ਪਰ ਕਈਆਂ ਦੀ ਮਿਹਨਤ ਜਿਹੜੀ ਰੰਗ ਲੈ ਕੇ ਆਉਂਦੀ ਹੈ, ਅਤੇ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜੋ ਮੱਧ ਵਰਗੀ ਪਰਿਵਾਰ 'ਚੋਂ ਹੁੰਦੇ ਨੇ, ਮੱਧ ਵਰਗੀ ਹੁੰਦੇ ਨੇ, ਅਤੇ ਉਹਨਾਂ ਦੀ ਮਿਹਨਤ ਕਿਵੇਂ ਰੰਗ ਲੈ ਕੇ ਆਉਂਦੀ ਹੈ। ਅਸੀਂ ਅਕਸਰ ਸੁਣਦੇ ਹਾਂ ਕਿ ਰੁੱਖ ਜਿਹੜੇ ਫਲ ਨੇ ਨੀਵਿਆਂ ਰੁੱਖਾਂ ਨੂੰ ਫਲ ਲੱਗਦੇ ਹੁੰਦੇ ਨੇ, ਅਸੀਂ ਅਕਸਰ ਸੁਣਦੇ ਹਾਂ ਕਿ ਮਿਹਨਤ ਦਾ ਫਲ ਅਕਸਰ ਮਿਲਦਾ ਹੈ, ਸੋ ਇੱਦਾਂ ਹੀ ਅੱਜ ਇੱਕ ਸਾਡੇ ਨਾਲ ਸ਼ਖਸ ਮੌਜੂਦ ਨੇ, ਉਹਨਾਂ ਦੀ ਮਿਹਨਤ ਨੂੰ ਵੀ ਫਲ ਲੱਗਿਆ, ਉਹਨਾਂ ਦੇ ਘਰ 'ਚ ਵੀ ਖੁਸ਼ੀਆਂ ਆਈਆਂ ਜਦੋਂ ਉਹਨਾਂ ਦਾ ਵੀਜ਼ਾ ਆਇਆ। ਜੀ ਹਾਂ, ਅਤੇ ਅੱਜ ਤੁਸੀਂ ਸਾਡੇ ਪਿੱਛੇ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪਿਤਾ ਜਿਹੜੇ ਨੇ ਇਸ ਰੇੜੀ ਦੇ ਥਰੂ, ਇਸ ਰੇੜੀ ਦੇ ਮਾਧਿਅਮ ਦੇ ਨਾਲ ਉਹਨਾਂ ਨੇ ਇੰਨਾ ਕੁ ਮਿਹਨਤ ਕੀਤੀ, ਅਣਥਕ ਮਿਹਨਤ ਕੀਤੀ ਕਿ ਅੱਜ ਉਹ ਆਪਣੇ ਬੱਚੇ ਦਾ ਜਿਹੜਾ ਵੀਜ਼ਾ ਲੈ ਕੇ ਆਏ ਨੇ, ਉਹਨਾਂ ਦੇ ਬੱਚੇ ਦਾ ਵੀਜ਼ਾ ਲੱਗਿਆ, ਅਤੇ ਅੱਜ ਉਹ ਇੰਨੇ ਖੁਸ਼ ਨੇ ਕਿ ਆਪਣੇ ਕੰਮ ਤੋਂ ਹੀ, ਕਿ ਮੈਂ ਜਿੰਨੀ ਮਿਹਨਤ ਕੀਤੀ ਉਹਨਾਂ ਨੂੰ ਇੰਝ ਲੱਗਦਾ ਕਿ ਮੈਨੂੰ ਫਲ ਮਿਲ ਗਿਆ। ਸੋ ਸਾਡੇ ਨਾਲ ਅੱਜ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਆ ਜਾਓ ਫਿਰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ। ਮੇਰਾ ਨਾਮ ਵਿਨੈ ਕੁਮਾਰ ਹੈ ਜੀ। ਜੀ, ਤੁਹਾਡੇ ਬੇਟੇ ਦਾ ਵੀਜ਼ਾ ਆਇਆ, ਤੁਹਾਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ? ਬਹੁਤ ਖੁਸ਼ੀ, ਬਹੁਤ ਬਹੁਤ ਖੁਸ਼ੀ ਹੋਈ ਹੈ ਜੀ, ਬਹੁਤ ਖੁਸ਼ੀ ਹੋਈ ਹੈ। ਸੋ ਆਪਾਂ ਅਕਸਰ ਇਹ ਗੱਲ ਦੇਖਦੇ ਹਾਂ ਕਿ ਲੋਕ ਮਿਹਨਤ ਕਰਦੇ ਨੇ, ਹੈ ਨਾ, ਕਈ ਤਾਂ ਮਿਹਨਤ ਬਿਨਾਂ ਕਰੇ ਹੀ ਸਭ ਕੁਝ ਭਾਲਦੇ ਨੇ, ਪਰ ਮੈਂ ਦੇਖ ਰਹੀ ਸੀ ਤੁਸੀਂ ਇੱਕ ਸਬਜ਼ੀ ਦੀ ਰੇੜੀ ਲਗਾਈ ਹੋਈ ਹੈ, ਅਤੇ ਸਬਜ਼ੀ ਦੀ ਰੇੜੀ ਲਗਾ ਕੇ ਅਤੇ ਉਸ ਤੋਂ ਬਾਅਦ ਬੱਚੇ ਦੇ ਲਈ ਇੰਨਾ ਕੁਝ ਕਰਨਾ, ਸੋ ਕਿਵੇਂ ਦਾ ਲੱਗਿਆ ਅਤੇ ਕਿੰਨਾ ਕਿਹਦੇ ਵਿੱਚ ਤੁਹਾਨੂੰ ਮਿਹਨਤ ਕਰਨੀ ਪਈ? ਮਿਹਨਤ ਦੇਖੋ ਜੀ, ਮਿਹਨਤ ਤਾਂ ਕਰਨੀ ਪੈਂਦੀ ਹੈ ਜੀ, ਕੰਮ ਧੰਦੇ 'ਚ ਆਪਣਾ ਕਰੋ, ਆਪਣਾ ਬੱਚੇ ਬੇਟਾ ਵੀ ਸਪੋਰਟ ਕਰਦੇ ਨੇ ਸਾਥ ਮੈਂ, ਠੀਕ ਹੈ ਜੀ, ਬਾਕੀ ਬੱਚੇ ਕੇ ਪੜ੍ਹਾਈ ਲਿਖਾਈ ਵੀ ਹੈ, ਆਪਣੀ ਮਿਹਨਤ ਵੀ ਹੈ, ਹੁਣ ਕਰੇ ਨੇ, ਬਹੁਤ ਖੁਸ਼ੀ ਹੋ ਰਹੀ ਮੇਰੇ ਕੋਲ ਬਹੁਤ ਜ਼ਿਆਦਾ ਕਿ ਮੇਰੇ ਬੱਚੋ ਕੇ ਵੀਜ਼ਾ ਆ ਗਿਆ। ਸੋ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਇਹ ਵੀਜ਼ਾ ਅਪਲਾਈ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਸੀਗੇ, ਸੋ ਇਸ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਦੱਸੋ। ਦੇਖੋ ਜੀ, ਮੈਂ ਜ਼ਿਆਦਾ ਦਿਨ ਮੈਨੂੰ ਲੱਗਿਆ ਮਹੀਨਾ, 2 ਮਹੀਨੇ ਲੱਗੇ ਨੇ, 2 ਮਹੀਨੇ ਦੇ ਅੰਦਰ ਅੰਦਰ ਮੈਂ ਵੀਜ਼ਾ ਆ ਗਿਆ ਜੀ ਮਹਾਰਾਜ। ਹਾਂ, 2 ਮਹੀਨੇ ਮੈਂ ਵੀਜ਼ਾ ਵੀ ਆ ਗਏ, ਤਾਂ ਉਹ ਵੀ ਹੋ ਗਏ ਨੇ, ਸਾਰੇ ਹੋ ਗਏ ਨੇ, 2 ਮਹੀਨੇ ਦੇ ਅੰਦਰ ਮੈਂ ਆ ਗਏ।
ਸੋ ਤੁਸੀਂ ਬੱਚੇ ਦੇ ਲਈ ਇੰਨੀ ਮਿਹਨਤ ਕੀਤੀ ਆਪਣੇ ਲੜਕੇ ਦੇ ਲਈ, ਹੈ ਨਾ, ਅਤੇ ਲੋਕ ਅਕਸਰ ਕਹਿੰਦੇ ਨੇ ਕਿ ਪੁੱਤਨਾ ਬਾਅਦ 'ਚੋਂ ਜੁੱਤੀਆਂ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਹੁੰਦੇ ਨੇ, ਸੋ ਤੁਸੀਂ ਇੰਨੀ ਮਿਹਨਤ ਕੀਤੀ, ਤੁਸੀਂ ਇੱਥੇ ਤੱਕ ਬੱਚੇ ਨੂੰ ਪਹੁੰਚਾਇਆ, ਤੁਹਾਨੂੰ ਲੋਕਾਂ ਦੇ ਤਾਨੇ ਮਿਹਣੇ ਸੁਣਨੇ ਪਏ ਜਾਂ ਨਹੀਂ? ਬਿਲਕੁਲ, ਲੋਕਾਂ ਨੂੰ ਕਹਿੰਦੇ ਬਾਈ ਨਹੀਂ ਹੋਏਗਾ ਜੀ, ਇਹ ਸਬਜ਼ੀ ਵਾਲੇ 'ਤੇ ਕੀ ਹੋਏਗਾ, ਕੁਛ ਨਹੀਂ ਹੁੰਦਾ, ਨਾ ਬੱਚੇ ਕਰ ਪਾਏਗੇ, ਨਾ ਖੁਦ ਕਰ ਪਾਓਗੇ, ਇੰਨਾ ਪੈਸਾ ਕਹਾਂ ਸੇ ਲਿਆਓਗੇ, ਤਾਂ ਕੋਈ ਜ਼ਿਆਦਾ ਪੈਸੇ ਲੱਗੇ ਨਹੀਂ, ਸਰਦਾਰ ਜੀ ਮਾਰੇ ਬੜੇ ਹੈਲਪ ਕਰੇ ਨੇ ਮਾਰੇ ਕੋਲ, ਉਹਨਾਂ ਸਹੀ ਰਸਤਾ ਦਿਖਾਏ ਮਾਰੇ ਕੋਲ, ਐਸੇ ਕਰਨਾ ਐਸੇ ਕਰਨਾ, ਉਹਨਕੇ ਭਰੋਸੇ ਬੈਠੇ ਤੇ ਹੋ ਗਏ ਨੇ, ਬੱਚੇ ਹੈ ਆਪਣਾ ਫਰਜ਼ ਨਿਭਾਵਾਂਗਾ ਨਾ ਜੀ, ਜੋ ਬੱਚੇ ਅਗਰ ਟੈਲੈਂਟਡ ਹੈ ਉਸਕੇ ਲਈ ਤਾਂ ਮਿਹਨਤ ਕਰਨੀ ਪੜੇਗੀ, ਨਹੀਂ ਮੇਰਾ ਬੱਚਾ ਬੇਟਾ ਮੇਰਾ ਵੀ ਮੇਰਾ ਹੈਲਪ ਕਰਦਾ ਸਾਥ ਮੇ, ਉਹ ਵੀ ਕਰਦਾ ਹੈ, ਔਰ ਆਪਣਾ ਪੜ੍ਹਾਈ ਵੀ ਰੱਖੀ ਹੈ ਆਪਣਾ ਜਾਰੀ, ਉਹ ਹਾਲੀ ਵੀ ਕੰਮ ਵੀ ਕਰਦਾ ਆਪਣਾ, ਬੱਚੋਂ ਕੇ ਸਾਥ ਸਪੋਰਟ ਹੈ ਇੰਨੇ, ਬੱਚੇ ਮਾਰੇ ਹੈਲਪ ਕਰਦੇ ਨੇ ਹਮਾਰੇ, ਤੋ ਸਭ ਬਾਕੀ ਕਿਰਪਾ ਉੱਪਰ ਵਾਲੇ ਕੀ ਹੈ ਜੀ। ਸੋ ਜਿਨ੍ਹਾਂ ਤੋਂ ਤੁਸੀਂ ਵੀਜ਼ਾ ਲਗਵਾਇਆ ਉਹਨਾਂ ਤੋਂ, ਉਹਨਾਂ ਦੇ ਵੱਲੋਂ ਉੱਥੇ ਨਾ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਿਆ, ਉਹਨਾਂ ਨੇ ਕਿਵੇਂ ਕੋਪਰੇਟ ਕੀਤਾ ਤੁਹਾਡੇ ਨਾਲ, ਉਸ ਦੇ ਬਾਰੇ ਵੀ ਸਾਨੂੰ ਥੋੜ੍ਹਾ ਜਿਹਾ ਦੱਸੋ। ਨਹੀਂ, ਉਹਨਾਂ ਨੇ ਬਹੁਤ ਕੋਪਰੇਟ ਕੀਤਾ ਮੈਨੂੰ ਜੀ, ਉਹਨਾਂ ਨੇ ਬਤਾਇਆ ਵੀ ਐਸਾ ਕਰਨਾ ਜੀ ਐਸਾ ਕਰਨਾ, ਉਹਨਾਂ ਨੇ ਸਭ ਕੁਝ ਕਰੇ ਨੇ, ਅੱਜ ਉਹਨਾਂ ਨੇ ਖੁਦ ਵੀਜ਼ਾ ਮੈਨੂੰ ਦੇਣ ਆਏ ਨੇ, ਤੋ ਮਾਰੇ ਉਹ ਵੀ ਟਾਈਮ ਬਸ ਗਿਆ ਜੀ, ਔਰ ਆਏ ਮਾਰੇ ਪਾਸ ਆਏ ਹੈ ਦੇਣ ਕੇ ਲੀਏ, ਉਹਨਾਂ ਬਹੁਤ ਕੋਪਰੇਟ ਕੀਤਾ ਜੀ, ਉਹਨਾਂ ਨੇ ਬਤਾਇਆ ਕਿ ਬੱਚੋ ਕਿਆ ਕਰਨਾ ਹੈ ਕਿਆ ਨਹੀਂ ਕਰਨਾ ਹੈ, ਕੌਣ ਸੀ ਪੜ੍ਹਾਈ ਕਰ ਰੱਖੀ ਹੈ, ਅੱਗੇ ਕਿਆ ਕਰਨਾ, ਅੱਗੇ ਜਾ ਕੇ ਕਿਆ ਫਿਊਚਰ ਬਣੇਗਾ, ਉਹਨਾਂ ਬਹੁਤ ਸਮਝਾਇਆ ਮਾਰੇ ਬੱਚੋ ਕੇ, ਮਾਰੇ ਵੀ ਸਮਝਾਏ, ਅਭੀ ਬੱਚੋ ਕੋ ਸਮਝਾਉਂਦੇ ਨੇ, ਬਹੁਤ ਹੈਲਪ ਕਰੇ ਨੇ, ਹਰ ਤਰ੍ਹਾਂ ਸੇ ਹੈਲਪ ਕਰੇ ਨੇ। ਸੋ ਤੁਹਾਡਾ ਹੁਣ ਬੇਟਾ ਕਿੱਥੇ ਜਾ ਰਿਹਾ, ਕਿੱਥੇ ਦਾ ਵੀਜ਼ਾ ਆਇਆ? ਕੈਨੇਡਾ ਦਾ ਜੀ, ਕੈਨੇਡਾ ਦਾ ਵੀਜ਼ਾ ਆਇਆ ਜੀ, ਹਾਂਜੀ, ਸਟੱਡੀ ਵੀਜ਼ਾ, ਸ਼ਾਇਦ ਸਟੱਡੀ ਵੀਜ਼ਾ ਉਹਨਾਂ ਦਾ, ਸਟੱਡੀ ਵੀਜ਼ਾ ਆਇਆ ਜੀ, ਹਾਂਜੀ ਹਾਂਜੀ ਹਾਂਜੀ। ਇਹਨਾਂ ਦੇ ਬੇਟੇ ਦਾ ਸਟੱਡੀ ਵੀਜ਼ਾ ਆਇਆ, ਸੋ ਅੰਬੈਸੀ ਦੇ ਵੱਲੋਂ ਵੀ ਜਿਵੇਂ ਉਹਨਾਂ ਨੂੰ ਦੱਸਿਆ ਕਿ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਗਾਈਡ ਵੀ ਕੀਤਾ ਗਿਆ ਨਾਲ ਨਾਲ ਕਿ ਇਸ ਤਰੀਕੇ ਦੇ ਨਾਲ ਕਰੋ ਤਾਂ ਇਹ ਹੋਏਗਾ, ਤੁਹਾਡਾ ਫਾਇਦਾ ਹੋਏਗਾ, ਇਸ 'ਚ ਨੁਕਸਾਨ ਹੋਊਗਾ, ਬਹੁਤ ਵਧੀਆ ਢੰਗ ਦੇ ਨਾਲ। ਸੋ ਉਹਨਾਂ ਦੇ ਬੇਟੇ ਦੇ ਨਾਲ ਵੀ ਗੱਲਬਾਤ ਕਰਾਂਗੇ, ਸੋ ਉਹਨਾਂ ਨਾਲ ਮਿਲਦੇ ਹਾਂ ਅਤੇ ਬੇਟੇ ਨਾਲ ਗੱਲਬਾਤ ਕਰਦੇ ਹਾਂ। ਚਲੋ, ਉਹਨਾਂ ਦਾ ਕੀ ਕਹਿਣਾ ਇਸ ਦੇ ਬਾਰੇ ਦੇਖਦੇ ਹਾਂ ਫਿਰ। ਆਪਾਂ ਉਹਨਾਂ ਦੇ ਬੇਟੇ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਨੂੰ ਕਿੰਨੀ ਕੁ ਖੁਸ਼ੀ ਹੋ ਰਹੀ ਹੈ, ਤੁਹਾਡਾ ਵੀਜ਼ਾ ਆਇਆ? ਜੀ, ਮੈਂ ਅੱਜ ਬਹੁਤ ਖੁਸ਼ ਹੂੰ, ਬਸ ਇਹ ਪਾਪਾ ਕਾ ਔਰ ਮੰਮੀ ਕਾ ਮੇਰੇ ਆਸ਼ੀਰਵਾਦ ਹੈ, ਪਾਪਾ ਕੀ ਮਿਹਨਤ ਹੈ ਔਰ ਬਿਸਮਿਨ ਜੀ ਕੀ ਐਕਸਪੀਰੀਅੰਸ ਕੀ ਵਜ੍ਹਾ ਸੇ ਮੁਝੇ ਅੱਜ ਵੀਜ਼ਾ ਮਿਲਾ, ਔਰ ਅੱਜ ਮੈਂ ਬਹੁਤ ਖੁਸ਼ ਹੂੰ। ਸੋ ਸਭ ਤੋਂ ਪਹਿਲਾਂ ਇੱਕ ਆਪਣਾ ਨਾਮ ਵੀ ਦੱਸੋ ਦਰਸ਼ਕਾਂ ਨੂੰ, ਬਿਕੋਜ਼ ਉਹਨਾਂ ਦੀ ਮਿਹਨਤ ਸਦਕਾ ਤੁਹਾਡਾ ਵੀਜ਼ਾ ਲੱਗਿਆ। ਸੋ ਤਾਂ ਕਿ ਉਹ ਦਰਸ਼ਕ ਵੀ ਜਾਣ ਪਾਉਣ ਜੋ ਬਾਹਰ ਜਾਣ ਦੇ ਇੱਛੁੱਕ ਨੇ, ਉਹਨਾਂ ਨੂੰ ਵੀ ਵੀਜ਼ਾ ਅਪਲਾਈ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ, ਕਿਉਂਕਿ ਤੁਹਾਡੇ ਵਰਗੇ ਲੋਕ ਮਿਸਾਲ ਬਣਦੇ ਨੇ ਉਹਨਾਂ ਦੇ ਲਈ ਜੋ ਸੋਚਦੇ ਨੇ ਕਿ ਅਸੀਂ ਕੁਛ ਨਹੀਂ ਕਰ ਸਕਦੇ, ਗਿਵਅਪ ਕਰ ਦਿੰਦੇ ਨੇ ਜ਼ਿੰਦਗੀ ਦੇ ਵਿੱਚ, ਉਹਨਾਂ ਦੇ ਲਈ ਤੁਸੀਂ ਮਿਸਾਲ ਹੋ ਅੱਜ ਕਿ ਇੱਕ ਰੇੜੀ ਵਾਲੇ ਦਾ ਪੁੱਤ ਵੀ ਦੂਰ ਜਾ ਸਕਦਾ, ਵਿਦੇਸ਼ਾਂ ਦੇ ਵਿੱਚ ਜਾ ਕੇ ਧੱਕ ਪਾ ਸਕਦਾ, ਧੂਮਾ ਪਾ ਸਕਦਾ ਅਤੇ ਆਪਣੀ ਮਿਹਨਤ ਸਦਕਾ ਰੰਗ ਲਿਆ ਸਕਦਾ। ਸੋ ਤੁਸੀਂ ਆਪਣਾ ਨਾਮ ਅਤੇ ਦੱਸੋ ਕਿ ਬਿਸਮਨ ਜੀ ਨੇ ਤੁਹਾਡੀ ਕਿਵੇਂ ਹੈਲਪ ਕੀਤੀ? ਮੇਰਾ ਨਾਮ ਰੋਹਿਤ ਹੈ ਫਸਟ ਆਫ ਆਲ। ਮੈਂ ਬਿਸਮਨ ਜੀ ਸੇ ਆਪਣੇ ਮੇਰੇ ਪਿਤਾ ਪਾਪਾ ਕੇ ਦੋਸਤ ਹੈ ਨਿੱਕੂ ਜੀ, ਉਹਨਾਂ ਕੇ ਥਰੂ ਮਿਲਾ ਥਾ, ਔਰ ਮੈਂ ਆਈ ਫਾਊਂਡ ਮਾਈ ਸੈਲਫ ਵੈਰੀ ਲੱਕੀ ਦੈਟ ਆਈ ਫਾਊਂਡ ਹਿਮ। ਉਹਨਾਂ ਨੇ ਮੇਰੀ ਬਹੁਤ ਹੈਲਪ ਕੀ, ਉਹਨਾਂ ਨੇ ਮੇਰੇ ਸਕੋਲਰਸ਼ਿਪ ਲਗਾ ਕੇ ਦੀ, ਉਹਨਾਂ ਨੇ ਹਰ ਸਟੈਪ ਪੇ ਮੁਝੇ ਗਾਈਡ ਕੀਆ, ਤੋ ਮੈਂ ਬਹੁਤ ਖੁਸ਼ ਹੂੰ ਔਰ ਮੈਂ ਉਹਨਾਂ ਕਾ ਦਿਲ ਸੇ ਤਹਿ ਦਿਲ ਸੇ ਸ਼ੁਕਰੀਆ ਅਦਾ ਵੀ ਕਰਤਾ ਹੂੰ। ਸੋ ਮੈਂ ਤੁਹਾਡੇ ਪਿਤਾ ਜੀ ਨੂੰ ਵੀ ਇੱਕ ਗੱਲ ਪੁੱਛ ਰਹੀ ਸੀ ਕਿ, ਹੈ ਨਾ, ਲੋਕਾਂ ਦੇ ਤਾਨੇ ਮਿਹਣੇ ਸੁਣਨੇ ਪੈਂਦੇ ਨੇ, ਰਿਸ਼ਤੇਦਾਰ ਬਹੁਤ ਕੁਛ ਕਹਿੰਦੇ ਨੇ, ਤੁਹਾਨੂੰ ਵੀ ਸੁਣਿਆ ਹੋਊਗਾ, ਤੁਹਾਡੇ ਪੇਰੈਂਟਸ ਨੂੰ ਬਹੁਤ ਕੁਛ ਕਿਹਾ ਹੋਊਗਾ, ਸੋ ਹੋਪਸ ਹੋ ਕਿ ਤੁਸੀਂ, ਉਮੀਦ ਕਰਦੇ ਹਾਂ ਤੁਹਾਡੇ ਤੋਂ ਕਿ ਤੁਸੀਂ ਉਹਨਾਂ ਦੇ ਲਈ ਇੰਨਾ ਕੁ ਬਾਹਰ ਜਾ ਕੇ ਅੱਛਾ ਕਰੋ ਕਿ ਉਹਨਾਂ ਨੂੰ ਰਿਸ਼ਤੇਦਾਰਾਂ ਦੇ ਮੂੰਹ ਬੰਦ ਹੋ ਜਾਣ। ਸੋ ਤੁਸੀਂ ਉਸ ਬਾਰੇ ਕੀ ਕਹੋਗੇ, ਤੁਸੀਂ ਕੀ ਸੋਚਿਆ ਹੋਇਆ ਉਹਨਾਂ ਦੇ ਲਈ? ਜੀ, ਪਰ ਵੈਸੇ ਤਾਂ ਰਿਸ਼ਤੇਦਾਰ ਮਾਰੇ ਬਹੁਤ ਸਹੀ ਹੈ, ਐਸੀ ਕੋਈ ਬਾਤ ਨਹੀਂ ਹੈ, ਪਰ ਫਿਰ ਵੀ ਉਹੀ ਹੈ, ਤਾਣੇ ਮਾਣੇ ਤਾਂ ਸੁਣਨੇ ਹੀ ਪੜਤੇ ਕਿ ਬਈ ਇਤਨਾ ਖਰਚਾ ਵਗੈਰਾ ਲੈ ਕੇ ਰਿਸਕ ਲਾਈਫ ਰਿਸਕ ਪੇ ਰੱਖੇ ਹਮ ਜਾ ਰਹੇ, ਤੋ ਬਸ ਮੇਰੀ ਇਹੀ, ਮੈਂ ਤਾਂ ਆਪਣੀ ਤਰਫ ਸੇ ਮਿਹਨਤ ਕਰੂੰਗਾ ਪੂਰੀ, ਪਾਪਾ ਕੇ ਮਿਹਨਤ ਕਾ ਫਲ ਦੇਣੇ ਕੀ ਕੋਸ਼ਿਸ਼ ਕਰੂੰਗਾ। ਸੋ ਤੁਹਾਡੇ ਤੋਂ ਇੱਕ ਛੋਟਾ ਜਿਹਾ ਕੁਐਸਚਨ ਮੈਂ ਇੱਥੇ ਹੋਰ ਪੁੱਛਣਾ ਚਾਹਾਂਗੀ ਕਿ ਇਸ ਦੌਰਾਨ ਜਦੋਂ ਕਰੋਨਾ ਕਾਲ ਹੈ, ਲੋਕਾਂ ਦੇ ਵੀਜ਼ੇ ਨਹੀਂ ਆ ਰਹੇ, ਲੋਕਾਂ ਨੂੰ ਇੰਨੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਪਰੇਸ਼ਾਨੀਆਂ ਆ ਰਹੀਆਂ ਨੇ, ਫਲਾਈਟਸ ਕੈਂਸਲ ਹੋ ਰਹੀਆਂ ਨੇ, ਪਰ ਬਿਸਮਨ ਜੀ ਨੇ ਤੁਹਾਡਾ ਵੀਜ਼ਾ ਕਿਵੇਂ ਲਗਵਾਇਆ, ਸੋ ਉਹਨਾਂ ਬਾਰੇ ਸਾਨੂੰ ਥੋੜ੍ਹਾ ਜਿਹਾ ਚਾਨਣਾ ਪਾਓ। ਜੀ, ਬਸ ਮੈਂ ਉਹੀ, ਮੈਂ ਆਪਣੇ ਆਪ ਕੋ ਕਾਫੀ ਲੱਕੀ ਫੀਲ ਕਰ ਰਹਾ ਹੂੰ ਕਿ ਮੇਰਾ ਇਤਨੇ ਐਸੇ ਕਰੋਨਾ ਮੇ ਲੋਕਡਾਊਨ ਕੇ ਸੀਨ ਮੇ ਮੇਰਾ ਵੀਜ਼ਾ ਆਇਆ। ਮੈਂ ਬਸ ਇਹੀ ਕਹੂੰਗਾ ਕਿ ਬਿਸਮਨ ਜੀ ਕਾਫੀ ਐਕਸਪੀਰੀਅੰਸ ਹੈ, ਉਹਨਾਂ ਕੀ ਪੂਰੀ ਟੀਮ ਪੂਰੀ ਐਕਸਪੀਰੀਅੰਸ ਹੈ, ਤੋ ਮੈਂ ਪੂਰਾ ਸ਼੍ਰੇ ਉਹਨਾਂ ਹੀ ਦੇਣਾ ਚਾਹੂੰਗਾ ਕਿ ਮੇਰਾ ਵੀਜ਼ਾ ਆਇਆ ਐਸੀ ਕੰਡੀਸ਼ਨ ਮੈਂ, ਐਸੀ ਸਿਚੁਏਸ਼ਨਸ ਮੈਂ। ਸੋ ਅਸੀਂ ਅਕਸਰ ਦੇਖਦੇ ਹਾਂ ਕਿ ਕੰਸਲਟੈਂਟ ਜਿਹੜੇ ਹੁੰਦੇ ਨੇ ਜਾਂ ਕੁਛ ਵੀ, ਹੈ ਨਾ, ਕਾਫੀ ਗੇੜੇ ਲਗਾਉਣੇ ਪੈਂਦੇ ਨੇ, ਸੋ ਗੇੜੇ 'ਚੋਂ ਚਲੋ ਠੀਕ ਹੈ ਲੱਗਦੇ ਹੁੰਦੇ ਨੇ, ਆਪਾਂ ਕੰਮ ਕਰਵਾਉਣਾ, ਪਰ ਇੱਕ ਗਲਤ ਵੇ ਨਾਲ ਲਗਵਾਉਂਦੇ ਨੇ ਗੇੜੇ, ਸੋ ਇਹਨਾਂ ਵੱਲੋਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਆਈ? ਨਹੀਂ ਜੀ, ਮੈਂ ਹਮੇ
सो जिहड़े खुद चल के वीज़ा देण आए ने उन्हां वल्लों कोई दिक्कत परेशानी आण दा कारण भी नहीं बणदा। तो लोग अक्सर ये सोच लेंदे ने कि असी इदां कर लैने आ वी है ना, जिहड़े कंसल्टेंट हुंदे ने कुछ कि चलो रेहड़ी वाले दा बच्चा या किसी गरीब वर्ग बच्चा गरीब दा बच्चा है भी असी इहनूं ठग लईए कुछ कर लईए, पर इहनां दी एंबैसी दे वल्लों इहनां दी कंपनी दे वल्लों कोई भी फ्रॉड काम नहीं किया गया, पूरा मतलब चंगे तरीके दा जेन्युइन काम किया गया। सो इन्हां दी कंपनी दा नाम की है, सो उस दे बारे भी सानूं दस्सो, तुसीं वीज़ा कित्थों लगवाया ते किहड़ा वीज़ा तुहाडा आया? मेरा स्टडी वीज़ा आया और ग्लोबल प्रेजेंस की टीम है, जो कि मैं कहूँगा काफ़ी एक्सपीरियंसड है इस फील्ड में, उन्हें काफ़ी एक्सपीरियंस है और काफ़ी उन्होंने मेरी हेल्प की, मुझे स्कॉलरशिप लगा के दी। वो जानते थे कि मैं एक मिडिल क्लास फैमिली से, लोअर मिडिल क्लास फैमिली से बिलोंग करता हूँ, तो बस दैट्स इट, आई एम वेरी थैंकफुल टू हिम एंड टू माई फादर। सो थोड़ा वीज़ा किन्ने टाइम दे विच आ गया, किन्ना टाइम लग गया थोनू इस नू मतलब अप्लाई किया, सब प्रोसैसिंग किन्ना टाइम लग गया, किन्नी हेल्प की गई बिस्मन जी होना वालों? जी हेल्प बहुत करी गई बिस्मन जिस के द्वारा, और उन काफ़ी हेल्प की, और मेरा बस वही प्रोसेसिंग टाइम जो बेसिकली लगता है एम्बेसी का, मेरे लिए मेरा 3 से 4 महीने में आ गया वीज़ा जी। सो बहुत वधिया तरीके दे नाल इन्हां ने सानूं दस्सिया कि किस तरीके दे नाल बिस्मन जी वल्लों उन्हां दी पूरी कंपनी दे वल्लों पूरी टीम दे वल्लों इन्हां दा सहयोग दित्ता गया। तो होप्स हो कि यह लड़का जो अज साडे नाल मौजूद है ते इन्हां दे पिता जी जो इन्हां दे फादर साहब ने साडे नाल मौजूद ने कि एक मिसाल कायम की है कि किस तरीके दे नाल जे जज्बे वड्डे होण ना कहिंदे काम कोई भी औखा नहीं हुंदा, फिर इन्हां दे जज्बे वड्डे सी, इन्हां दी सोच उच्ची सी कि असीं कर सकदे हां, आई कैन डू इट, है ना, इन्हां ने सोचा कि मैं कर सकदा तां इन्हां ने कीता भी। सो मैनूं लगदा हर कोई कर सकता है। सो बहुत वधिया लग्या तुहाडे नाल गलबात करके, बहुत चंगा लग्या, थैंक यू सो मच। सो हुण आपां उहनां दे कंसल्टेंट बिस्मन जी नाल गल करदे हां जो कि चंडीगढ़ तों स्पैशल जिहड़े अंबाला आए ने उहनां नूं वीज़ा देण दे लई। असीं अक्सर देखदे हां कि लोक जा के उत्थे ठोकरां खांदे ने, जा के बार बार उहनां दे दरां च बैठदे ने वी साडा वीज़ा दे दो वीज़ा आया नहीं, पर उह अज इत्थे खुद क्योंकि उहनां नूं वी किते ना किते एक्साइटमेंट सी कि यार इन्नी मेहनत कीती बच्चे ने कि एक रेहड़ी वाले दा बच्चा इन्ने उपर तक पहुँच गया, सो उह वी बहुत खुश सी। सो उहनां नाल गलबात करदे हां, आओ चलदे हां उहनां नाल गल करदे हां फिर। पहली गल देखो आप मैडम गल करते हैं कि वीजा आए, वीजा बहुत आते हैं, असी ऑफिस बह के वीज़ा लोगों को देने हैं, लोगों को ऑफिस बुलाने हैं तो गल्ला करते हैं। अज इत्थे आने का मकसद यह है कि लोगों को पता लगे कि साडे च भी इमोशनस है, असी काम करते हैं वीज़े लवाने, एक इमीग्रेशन कंपनी के भी इमोशनस ने, तो इस करके असी इत्थे आए हैं अज कि लोगों को पता लगे तो इन्हों इन की मेहनत का फल जोड़ा है वो मिले, कि जोड़ा वो इतना सवेरे 6-6 बजे 5 बजे उठ के जोड़ा वो काम करते मेहनत करते हैं, तो इन्ने साल बाद मैनू लगता है कि साढ़े टीम सदका या साढ़े मेहनत सदका जे अज एक सब्जी वेचन वाला या उदा मुंडा जे बाहर जा सकता है, बाहर जाने का सपना पूरा कर सकता है, तो यह जहा बंदा जिहड़ा इन्ने साल तो मेहनत कर रहा है, जिन्हें सोचा कि मैं अपने मुंडे नू बाहर भेज सकदा, तो जे मैनू लगता कि साडी खुशकिस्मत ही है कि बाबा जी की मेहर है कि सानू इन्होंने मौका दिता है, तो असी इन्हों की हेल्प करके इन्हों का वीज़ा लवाया, सानू खुशी है। मैं कहना वीज़ा आते हैं नहीं भी आते, कई मेरे रिजेक्ट होंगे है डिले होंगे है, बट जो वीज़ा आता है साढ़े भी इमोशनस है जोड़े असी लोगों शेयर करना चाहते साझा करना चाहते हैं। हूँ इतने आ के लोगों दिखाने का मकसद है कि एक मेहनत जिहड़ी हुंदी है, जिहड़ा बंदा मेहनत करता है वह आप दे सपनों नूं पूरा भी कर सकता है, प्लस आपां कहिंदे कि बाहर जाण लई सिर्फ बाहर जाण लई बंदा जिहड़ा जिन्हां कोल पैसा है या जिहड़े पैसे वाले है सिर्फ उहनां दे बच्चे बाहर जा सकदे आ, उह बाहर जा सकदे आ, इस गल नूं गलत ठहराउण लई मैं अज इत्थे आया कि एक बंदा जिहड़ा सब्जी वेचदा है
ਤੇ ਉਹ ਬੰਦਾ ਜਿਹੜਾ ਸਬਜ਼ੀ ਵੇਚ ਕੇ ਆਪਦੇ ਮੁੰਡੇ ਨੂੰ ਜੇ ਬਾਹਰ ਭੇਜ ਸਕਦਾ ਤੇ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਵਿੱਚ ਜਿਹੜਾ ਬੰਦਾ ਮਿਹਨਤ ਕਰਦਾ ਉਹ ਆਪਦੀ ਫੈਮਿਲੀ ਨੂੰ ਆਪਦੇ ਬੱਚਿਆਂ ਨੂੰ ਬਾਹਰ ਪੜ੍ਹਨ ਲਈ ਭੇਜ ਸਕਦਾ ਹਰੇਕ ਤਰੀਕੇ ਦਾ ਦੇ ਕੋਰਸਿਸ ਅਵੇਲੇਬਲ ਨੇ ਤੁਸੀਂ ਆਪਦੀ ਜੇ ਲਾਈਫ ਬਣਾਉਣੀ ਹੈ ਤੁਸੀਂ ਸਿਰਫ ਇੱਕ ਬੰਦੇ ਦੇ ਦਿਮਾਗ ਜਿਹੜੀ ਚੀਜ਼ ਹੋਣੀ ਚਾਹੀਦੀ ਉਹ ਹੈ ਕਿ ਬੰਦਾ ਜੇ ਸਿੱਧਾ ਚੱਲੇ ਤੇ ਬੰਦਾ ਜਿਹੜਾ ਮਿਹਨਤ ਕਰਦਾ ਉਹਨੂੰ ਮਿਹਨਤ ਦਾ ਫਲ ਮਿਲਦਾ ਤੇ ਅੱਜ ਇਹੀ ਫਲ ਅਸੀਂ ਸਾਰੇ ਦੇਖ ਰਹੇ ਤੁਸੀਂ ਦੇਖ ਰਹੇ ਹੋ ਸਾਰੇ ਲੋਕ ਇੱਥੇ ਦੇਖ ਰਹੇ ਹੈ ਕਿ ਅੱਜ ਇੱਕ ਮੇਰੇ ਵੱਲੋਂ ਮੈਨੂੰ ਲੱਗਦਾ ਕਿ ਅੱਜ ਨਵੇਂ ਸਾਲ ਨੂੰ ਆਪਾਂ ਇੱਥੇ ਪਹੁੰਚੇ ਹਾਂ ਅਤੇ ਭਾਗਾਂ ਵਾਲਾ ਦਿਨ ਹੈ ਅਤੇ ਮੇਰੇ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਅਤੇ ਰੱਬ ਕਰੇ ਕਿ ਮੁੰਡਾ ਇਹ ਚੜ੍ਹਦੀ ਕਲਾ 'ਚ ਰਵੇ ਅਤੇ ਆਪਦੇ ਪਿਓ ਦਾ ਨਾਂ ਰੋਸ਼ਨ ਕਰੇ ਜੀ। थैंक यू सो मच। थैंक यू मैम। थैंक यू। सो बिस्मन जी ने बहुत वधिया तरीके नाल सानू दस्या कि किस तरीके नाल उन्होंने वीज़ा लगवाया ते कीर्त करो वंड छको दे विच यकीन रखो बिकॉज आपां मेहनत करदे आं तां ही फल मिलदा है, ये तो गल सच है। सो इदां दीआं इंस्पिरेशन वाली वीडियोज़ असीं तुहाडे लई लैके आंदे रहांगे ते तुसीं वेखदे रहो स्काई न्यूज़ पंजाब ते अपना कोई भी जेकर तुसीं वीज़ा लगवाना तां ग्लोबल प्रेजेंस दा जिहड़ा ग्रुप है उन्होंने मिल सकदे हो, ओह तुहाडी पूरी पूरी हैल्प करनगे। थैंक यू।